बलाचौर में जागृति पंजाब समाज सेवा संस्था की ओर से प्रेस क्लब बलाचौर के सहयोग से नशों के खिलाफ एक विशेष सेमिनार का आयोजन किया गया जिसमें संस्था के प्रधान राजदीप सिंह संधु ने लोगों से नशे को खत्म करने के लिए उनका सहयोग देने की अपील की इस मौके पर अन्य सदस्यगण भी मौजूद थे जागृत पंजाब की एक समय सेवकी सेवक संस्था दे। ਥੱਲੇ ਇਕੱਠੇ ਹੋਏ ਆ ਜਿਹਦੇ ਵਿੱਚ ਸਾਨੂੰ ਅੱਡੋ ਅੱਡ ਪਾਰਟੀਆਂ ਜਾਤ ਬਰਾਦਰੀ ਤੋਂ ਉੱਤੇ ਉੱਠ ਕੇ ਲੋਕਾਂ ਨੇ ਸਪੋਰਟ ਕੀਤਾ ਇਹਦੇ ਵਿੱਚ ਸਾਡੇ ਨਾਲ ਬੜੇ ਕਲੱਬ ਆਏ ਨੇ ਜਿਨ੍ਹਾਂ ਵਿੱਚ ਇੱਕ ਪ੍ਰੈਸ ਕਲੱਬ ਵੀ ਹੈ ਇਹਨਾਂ ਨੇ ਪਹਿਲਾਂ ਵੀ ਮੁਹਿੰਮ ਚਲਾਈ ਸੀ ਤੇ ਹੁਣ ਵੀ ਇਹ ਸਾਡੇ ਨਾਲ ਆਏ ਨੇ ਬੜੀ ਚੰਗੀ ਤਰ੍ਹਾਂ ਸਾਰਾ ਉਹਨਾਂ ਨੇ ਮੈਨੇਜ ਕੀਤਾ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਆਪਾਂ ਅੱਜ ਦੀ ਡੇਟ ਦੇ ਵਿੱਚ ਆਪਣੀ ਨੌਜਵਾਨੀ ਪੰਜਾਬ ਦੀ ਨੌਜਵਾਨੀ ਨੂੰ ਨਹੀਂ ਸਾਂਭ ਸਕਦੇ ਤੇ ਕੱਲ ਨੂੰ ਆਪਣਾ ਭਵਿੱਖ ਕੀ ਰਹਿ ਜਾਏਗਾ ਜੇ ਆਪਣਾ ਭਵਿੱਖ ਨਹੀਂ ਰਹਿ ਗਿਆ ਤੇ ਇੰਨੀਆਂ ਕਮਾਈਆਂ ਕੀਤੀਆਂ ਜਾਂ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬ ਹੋ ਜਾਈਏ ਉਹ ਬੇਮੈਨਾ ਹੋ ਜਾਂਦੀ ਹੈ